ये क्या हो रहा है? आइए आइए, आपकी परेड हो रही है। की हो गया? इसे भी कुछ खराबी निकल गई? हाँ, की खराबी है? एक हम तुसी दसो, 11 तरीक लिखी हुई, अज हैगी 10। अच्छा, 10 ही हैगी? ओहो, मैनू तो लगे कि 11 दूर खड़ी है हजे। ਹੁਣ ਐਂ ਦੱਸ ਵੀ ਤੇਰੇ ਕੋਲ ਚੀਜ਼ ਕੀ ਖਾਦੇ ਆਣਗੇ ਸਵੇਰ ਤੱਕ? ਕੱਲ੍ਹ ਤੱਕ ਤੂੰ ਐਂ ਕਹਿ ਨਾ, ਮੇਰੇ ਕੱਪੜਾ ਨਹੀਂ ਪਸੰਦ ਆਇਆ, ਇਸ ਤਰ੍ਹਾਂ ਤਾਂ ਖਾਣਾ ਵੀ ਨਹੀਂ ਪਸੰਦ ਆਉਂਦਾ ਤੇਰੇ ਨਾਲ। ਉਹ ਯਾਰ ਮੇਰੀ ਸੁਣ ਲਓ ਗੱਲ, ਹੈਲੋ ਗਾਇਸ, ਗੁੱਡ ਮਾਰਨਿੰਗ, ਕਿਵੇਂ ਤੁਸੀਂ ਸਾਰੇ? ਆਈ ਹੋਪ ਕਿ ਤੁਸੀਂ ਠੀਕ ਹੋਵੋਗੇ। ਗਾਇਸ, ਮੇਰੀ ਹੋ ਰਹੀ ਹੈ ਪਰੇਡ ਇੱਧਰ, ਇੱਕ ਤਾਂ ਮੈਂ ਪਹਿਲਾਂ ਗਰਮੀ 'ਚ ਡਿਊਟੀ ਕਰਕੇ ਹੁਣ ਕਿਹਾ ਥੱਕ ਹਾਰ ਕੇ ਆਇਆ ਗਾ, ਔਰ ਆਉਂਦੇ ਨੂੰ ਇਹਨਾਂ ਨਾਲ ਤਾਂ ਸਮਾਨ ਲੈ ਕੇ ਦਿੱਤਾ। ਦੇਖੋ ਸਮਾਨ ਲਿਆ ਕੇ ਦਿੱਤਾ, ਨਾਲੇ ਹੁਣ ਮੇਰੇ ਛਿੱਤਰ ਪੈ ਰਹੇ ਨੇ ਸਮਾਨ ਲਿਆ ਦੇ। ਸਮਾਨ ਲਿਆਂਦਾ ਗਿਆ ਜਾਗਾ, ਹੁਣ ਅੱਜ ਇੱਕ ਦਿਨ ਪੈ ਗਿਆ, 11 ਤਰੀਕ ਤੱਕ ਵੈਲਿਡ ਨੇਗੇ, ਕੱਲ੍ਹ ਤੱਕ। ਕੱਲ੍ਹ ਤੱਕ ਛੱਡਣਗੇ ਜਵਾ ਕੇ? ਕਦੇ ਦੱਸੋ, ਇਹ ਜੋ ਅੱਧਾ ਅੱਧਾ ਪੈਕਟ ਤਾਂ ਮੈਂ ਹੁਣ ਖਾ ਜੂੰਗਾ, ਦੇਖੋ ਸੈਂਡਵਿਚ ਬਣਾ ਕੇ ਅੱਧਾ ਤਾਂ ਹੁਣ ਖਾ ਲਾਂਗੇ ਸੈਂਡਵਿਚ ਬਣਾ ਕੇ। ਤੁਸੀਂ ਲਿਆਓ ਫਿਰ ਬਣਾ ਕੇ ਸਾਰਿਆਂ ਵਾਸਤੇ। ਮੈਂ ਗੱਲਾਂ ਬਤੂ ਨੇ ਬਾਹਰ ਕੀ ਤੂੰ ਆਡੇ ਸੁਸਰੀ ਜੇ ਨਾਲ ਰਲ ਜੇ ਕਰੇ, ਇਹਨਾਂ ਦੇ ਕੰਮ ਤੂੰ ਹੁੰਦਾ ਹੀ ਨਹੀਂ। ਗਲਤੀ ਵੀ ਤੁਹਾਡੀ ਆ, ਲੈਣਾ ਵੀ ਤੁਹਾਡੇ ਭੁੱਗਾ ਬਣਾ ਕੇ। ਹਾਂ ਮੇਰੀ ਗਲਤੀ ਹੈ, ਮੈਂ ਤੁਹਾਨੂੰ ਲਿਆਤੇ ਬ੍ਰੈਡ ਹਨਾ। ਹਾਂ ਨਾ ਵੀ ਡੇਟ ਹੋ ਗਿਆ ਕਿ ਫਿਰ ਇੱਕ 9 ਤਰੀਕ ਦੇ ਪਏ ਸੀ ਉਹਦੇ ਕੋਲ, ਫਿਰ 9 ਕਹਿੰਦੇ 9 ਲੈ ਲੈ ਦੇਖ ਲੈ। ਫਰੂਟ ਕੇਕ, ਫਰੂਟ ਕੇਕ ਉਹ ਲਿਆ ਕੇ ਦਿੱਤੇ, ਉਹ ਚ ਮੁਸਕ ਮਾਰੇ ਕਹਿੰਦਾ ਤਾਜ਼ੇ ਤਾਜ਼ੇ ਪੈਕਟ ਖੋਲ ਲਿਆ। ਮੇਰੇ ਤਾਂ ਗੱਲ ਨੀ ਸੁਣਦੀ ਹੈਗੀ, ਪਹਿਲਾਂ ਮੇਰੀ ਸੁਣ ਗੱਲ। ਉਹਦੇ ਉੱਪਰ ਕੋਈ ਲਿਖਿਆ ਹੋਇਆ ਸੀ, ਕੋਈ ਉਹ ਅੱਖਰ ਹੈਗੇ ਸੀ ਵੀ ਕਿੰਨੇ ਡੇਟ ਨੂੰ ਐਕਸਪਾਇਰ ਹੋਣੀ ਹੈਗੀ, ਕੁਛ ਵੀ ਇੱਕ ਵੀ ਅੱਖਰ ਨਹੀਂ ਸੀਗਾ ਉਹਦੇ ਉੱਪਰ ਲਿਖਿਆ ਹੋਇਆ, ਉਹ ਪਲੇਨ ਪੇਜ ਹੁੰਦਾ। ਅੱਛਾ, ਹੁਣ ਉੱਥੇ ਗੱਲ ਗੱਲ ਪੈਕਟ ਖੋਲ ਕੇ ਚੈੱਕ ਕਰਕੇ ਲਿਆਉਂਦਾ? ਖੋਲ ਕੇ ਤਾਂ ਨਾ ਲਿਆਉਂਦਾ, ਉਹ ਮਤਲਬ ਬਾਹਰ ਵੀ ਦਿਖ ਰਿਹਾ ਸੀਗਾ ਵੀ ਖਰਾਬ ਹੋਇਆ ਪਿਆ, ਉਹ ਚ ਉੱਲੀ ਤਾਂ ਲੱਗੀ। ਕਿੱਥੋਂ ਲੱਗੀ ਪਈ ਸੀ ਉੱਲੀ? ਮੈਨੂੰ ਦਿਖਾ ਲਿਆ ਹੁਣੇ ਪਿਆ ਉਹ ਪੈਕਟ, ਉਹ ਆਪ ਦੇ ਕੋਲੇ ਬਣਾ ਦੇ, ਆਪਦੀ ਗੱਲ ਵੱਡੀ ਕਰਨ ਦੇ ਮਾਰੇ ਉਹ ਵੀਡੀਓ ਕਿਸੇ ਆਈ ਸੀ ਉਹਦੀ, ਅਗਰ ਮੈਂ ਲਿਆ ਕੇ ਦੇਖਾਂ ਤੁਹਾਨੂੰ ਸਿੰਡ ਹੋ ਜੇ ਅੱਗੇ ਤਾਂ ਮੈਂ ਲਿਆ ਕੇ ਦੇਖਾਂ ਤੁਹਾਨੂੰ। ਤੁਸੀਂ ਤਾਂ ਪਹਿਲਾਂ ਹੀ ਖਾਣ ਪੀਣ ਤਾਂ ਵਧੀਆ ਲਿਆ ਦਿੰਦੇ, ਹੁਣ ਤਾਂ ਉਹ ਪੱਖਾ ਉੱਪਰ। ਅੱਛਾ, ਉੱਪਰ ਪੱਖਾ ਵੀ ਹੈਗਾ? ਮੈਨੂੰ ਲੱਗਿਆ ਕਿ ਉੱਪਰ ਪੱਖਾ ਹੀ ਨਹੀਂ ਹੈਗਾ ਆਪਣੇ। ਮੈਂ ਕਹਿੰਦਾ ਤੁਸੀਂ ਖਾਣਾ ਪੀਣਾ ਵੀ ਲਿਆਉਣਾ ਭੁੱਲ ਆ ਬੈਠਾ ਨਾ, ਆ ਪਿਆ ਆਪਾਂ ਨੂੰ ਕਿਸ ਵਾਸਤੇ ਕੁਛ, ਆ ਪਿਆ ਆਪਾਂ ਨੂੰ ਅੱਗੇ ਤੋਂ ਕਿਸ ਤੋਂ ਲਿਆਉਂਦੇ ਕੁਛ ਆਪੇ ਆਪ ਨਾਲ ਤਾਂ ਇਹਨਾਂ ਨੂੰ ਲਿਆ ਕੇ ਦੇਵੋ, ਨਾਲੇ ਇਹਨਾਂ ਦੇ ਨਖਰੇ ਦੇਖੋ, ਨਖਰੇ ਸਹੀ ਗੱਲ ਹੈ, ਸਾਣਾ ਦੇ ਲੱਗਦੀ ਬਾਲੀ ਬੋਲਣ ਦੀ। ਉਹ ਲੈ ਲਓ ਪੇ ਕੁਸ ਰਣਾਉਂਦੇ ਜੀ ਇਤਰੋ, ਸੱਚੀ ਗੱਲ ਤਾਂ ਫਿਰ ਬੰਦੇ ਨੂੰ ਮਿਰਚਾਂ ਲੱਗਦੀ ਨਹੀਂ। ਚੱਲ ਫਿਰ ਤੂੰ ਮਿਰਚਾਂ ਤੋਂ ਬਿਨਾ ਰਹਿ ਲਾ। ਹਾਂ ਹਾਂ, ਸਾਨੂੰ ਤਾਂ ਹੱਥ ਅਦਰ ਟਿੱਡ ਦੁੱਖ ਲਾ ਲੈ ਗੱਲੀ ਨੇ ਤੇ ਬਾਹਰ ਲੱਗਦਾ ਟਿੱਡ ਦੁੱਖ। ਹੁਣ ਤੁਹਾਨੂੰ ਸਜ਼ਾ ਆਈ ਹੈ ਨਾਲੇ ਤਾਂ ਮੈਂ ਤੁਹਾਨੂੰ ਲਿਆ ਕੇ ਦਵਾਂ ਚੀਜ਼ ਹੈ,
ਨਾਲੇ ਮਤਲਬ ਇਸ ਤੋਂ ਹੁਣ ਮੈਂ ਚੀਜ਼ਾਂ ਬਣਾ ਬਣਾ ਕੇ ਮੈਂ ਖਵਾਵਾਂ ਤੁਹਾਨੂੰ, ਮਤਲਬ ਤੁਸੀਂ ਤਾਂ ਫਿਰ ਪ੍ਰਧਾਨ ਮੰਤਰੀ ਹੋ ਗਏ ਘਰ ਦੇ। ਹੈ ਨਹੀਂ ਹਰੇਕ ਵਾਰੀ ਇਹੀ ਸੋਚ ਕੇ ਜਾਂਦਾ ਵੀ ਯਾਰ ਕੁਛ ਨੀ ਲੈ ਕੇ ਆਉਂਦਾ, ਅੱਜ ਮੈਂ ਫੇਰ ਉਹ ਕਰ ਲਿਆ ਇਹਨਾਂ ਵਾਸਤੇ ਕੁਛ ਨੀ ਲੈ ਕੇ ਆਉਂਦਾ, ਪਰ ਫੇਰ ਦਿਲ ਇਹ ਜਾਗਾ ਫਿਰ ਇਹ ਦਿਲ ਕਰਦਾ ਚੱਲ ਬੈਠੇ ਨੇ ਘਰੇ ਕੁਛ ਲੈ ਜਾਈਏ। ਡੋਬ ਡੋਬ ਕੇ ਨਾ ਦੁੱਧ ਚ ਡੋਬ ਡੋਬ ਕੇ ਖਾਊਗਾ ਸਾਰੇ ਪੈਕਟ, ਉਹਨੂੰ ਇੱਕ ਨੀ ਦਿੰਦਾ ਬਾਈ ਰੁੱਸ ਗਿਆ ਹੁਣ ਤੁਹਾਨੂੰ ਦੱਸ ਪੈਰ ਤਾਂ ਰੋਡ ਦਿੱਤੀ ਮੇਰਾ ਪੈਰ ਪੈਂਟ ਤੋਂ ਮੈਂ ਇੱਕ ਨਹੀਂ ਦਿੰਦਾ ਇਹਨਾਂ ਨੂੰ, ਹਫ਼ਤੇ ਨਹੀਂ ਕਰਦਾ ਦੋ ਪੈਂਟ ਇੱਥੇ ਰੱਖ ਸਾਈਡ ਤੋਂ ਚੱਕ ਤੁਸੀਂ ਖਾ ਲਓ ਆਪਦਾ, ਜਾਓ ਭਾਜੀ ਰੋਟੀ ਲਾ ਕੇ ਖਾ ਲਓ ਆਪਦੀ ਚੱਲ ਐਕਸਪਾਇਰ ਹੀ ਸਹੀ। ਹਾਂ ਮੈਂ ਐਕਸਪਾਇਰ ਖਾ ਲੂੰ 11 ਤਰੀਕ ਤੱਕ, ਕੱਲ੍ਹ ਤੱਕ ਐਕਸਪਾਇਰ ਨਹੀਂ ਹੋ ਸਕਦੇ, ਕੱਲ੍ਹ ਨੂੰ ਰਾਤ ਨੂੰ 12 ਵਜੇ ਤੱਕ ਨਹੀਂ ਐਕਸਪਾਇਰ ਹੈਗੇ ਇਹ, 12 ਵਜੇ ਰੋਟੀ ਨੀ ਖਾਂਦਾ ਮੈਂ ਸੈਂਡਵਿਚ ਬਣਾ ਕੇ ਖਾ ਲੂੰਗਾ, ਕੱਲ ਨੂੰ ਦੁਪਹਿਰੇ ਚਾਹ ਪੀਊਂਗਾ ਉਹਦੇ ਨਾਲ ਸੈਂਡਵਿਚ ਖਾ ਲੂੰਗਾ, ਕੱਲ ਨੂੰ ਸ਼ਾਮ ਨੂੰ ਦੁੱਧ ਪੀਊਂਗਾ ਉਹਦੇ ਨਾਲ ਸੈਂਡਵਿਚ ਖਾ ਲੂੰਗਾ, ਸਹੀ ਬਣਾ ਬਣਾ ਕੇ ਖਾ ਲੂ ਰੋਟੀ ਬਣਾਓ ਰੋਟੀ ਬਣਾਉਣੀ ਸਿਹਤ ਖਰਾਬ ਹੋ ਥੋੜੀ ਤਾਂ ਨਾ ਇੱਕ ਦਿਨ ਰਹਿੰਦਾ ਹੋਵੇ ਨਾ ਇਹ ਤਾਂ ਐਕਸਪਾਇਰ ਹੋ ਜਾਣਗੇ ਐਕਸਪਾਇਰ ਨਹੀਂ ਤੁਸੀਂ ਕਹਿੰਦੇ ਸੀ ਸੂਸ ਨੀ ਜੇ ਪਹਿਲਾਂ ਤਾਂ ਕਹਿੰਦੇ ਪੇਟ ਖਰਾਬ ਤੁਸੀਂ ਜਾਓ ਜਾਓ ਬਾਹਰ ਇਹ ਗੇਟ ਖੋਲ ਰੋਕਸੀ ਨਾਲ ਜਾ ਨਾ ਅਸੀਂ ਤਾਂ ਖਵਾਉਣੀ ਹੋ ਨਹੀਂ ਆਇਆ ਚੱਲ ਜਾ ਜਾ ਰੋਟੀ ਲਾ ਚੱਲ 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 ਤੁਰਦੇ ਬਣੋ ਮੈਂ ਖਾਣਾ ਇਹਦਾ ਮੈਂ ਬਣਾਉਂਗਾ ਚਲੋ ਗਾਇਸ ਬਕਵਾਸ ਮਾਰੀ ਹੋ ਜਾਣਗੇ ਤਾਂ ਮੈਂ ਤਾਂ ਆਪਦਾ ਬਣਾ ਕੇ ਆਪਦੀ ਸਾਈਡ ਤੇ ਅੰਬ ਲਿਆਇਓ ਲਿਆਂਦਾ ਕਿੱਦਾਂ ਮੈਨੂੰ ਦੱਸੀ ਕਦੇ ਨੀ ਲਿਆਂਦਾ ਕਦੇ ਇਹ ਦਿਨ ਚੜੇ ਹੀ ਨੀ ਹੈਗਾ ਜਿੱਦਾਂ ਇਹ ਲਿਆਂਦਾ ਹੋਵੇ ਆਪੇ ਬਣਾਉ ਆਪੇ ਹੋ
ਚਲੋ ਜੀ ਗਾਇਸ, ਉਹ ਤਾਂ ਆਪਣਾ ਚੱਲ ਗਏ ਨੇ ਇੱਥੋਂ, ਭੱਜ ਗਏ ਨੇ ਬਾਹਰ, ਦੇਖੋ ਇਹ ਨਹੀਂ ਗਏ ਚੋਰੀ 'ਚ, ਪਤਾ ਨਹੀਂ ਕੀ ਕਰਨ ਲੰਘ ਗਏ ਨੇ ਗੇ, ਅਤੇ ਮੈਂ ਹੁਣ ਬਣਾਉਣਾ ਗਾ ਸੈਂਡਵਿਚ, ਉਹਨਾਂ ਵਾਸਤੇ ਰੋਟੀ ਰੂਟੀ ਦਾ ਇਹਨਾਂ ਦਾ ਕਰਦੇ ਹਾਂ ਕੈਂਸਲ ਪਲਾਨ, ਚਲੋ ਥੋੜ੍ਹਾ ਦਮ ਦਬਾ ਦਿੰਦਾ ਇਹਨਾਂ ਨੂੰ ਵੀ ਨਾਲੇ, ਹੈ ਨਾ, ਅਤੇ ਸੈਂਡਵਿਚ ਬਣਾਉਣ ਦੀ ਤਿਆਰੀ ਕਰ ਰਿਹਾ ਮੈਂ ਹੁਣ, ਫੁੱਲ ਤਿਆਰੀ ਹੈਗੀ ਆਪਣੀ, ਅਤੇ ਹੁਣ ਬਣਾ ਕੇ ਖਵਾਉਣਾ ਗਾ ਭਾਈ ਨੂੰ ਸੈਂਡਵਿਚ। ਇਹਨਾਂ ਨੂੰ ਪਾ ਦੋ ਸੌਸ ਨਾਲ, ਨਾਲੇ ਮਰੂੰਡਾ ਹੈ ਇਹਨਾਂ ਨਾਲੇ ਵੇ ਪਏ ਨੇਗੇ, ਗਰਮੀ ਦੇ ਵਿੱਚ ਇਹਨਾਂ ਵਾਸਤੇ ਬਣਾ ਕੇ ਲਿਆਂਦੇ ਨੇ ਸਪੈਸ਼ਲ, ਤੇ ਪੂਰਾ ਇੱਕ ਪੈਕਟ ਦਾ ਦੇਖੋ ਲੱਗ ਗਿਆ, ਜਿਹੜੇ ਕਹਿੰਦੇ ਸੀ ਐਕਸਪਾਇਰ ਹੋਣਾ ਇੱਕ ਤਾਂ ਲੱਗ ਗਿਆ, ਇੱਕ ਰਹਿੰਦਾ ਗਾ ਉਹ ਕੱਲ ਦਾ ਪੂਰਾ ਦਿਨ ਪਿਆ ਹਲੇ, ਕੱਲ ਤੱਕ ਮੈਂ ਤਾਂ ਨੀ ਕਹਿੰਦਾ ਵੀ ਰਹਿ, ਮੈਂ ਕਹਿੰਦਾ ਇੱਕ ਜੇ ਹੋਰ ਹੁੰਦਾ ਆਪਾਂ ਉਹ ਵੀ ਲੱਗ ਜਾਂਦਾ ਇਹਨਾਂ ਵਾਸਤੇ। ਹੁਣ ਜਿਹੜਾ ਸੀਗਾ ਆਪਾਂ ਨੇ ਕਰਤੀ ਮਿਹਨਤ ਮੁਸ਼ਕਤ ਪੂਰੀ ਗਰਮੀ ਦੇ ਵਿੱਚ, ਦੇਖ ਲਓ ਮਰ ਖੱਪ ਕੇ ਬਾਹਰੋਂ ਡਿਊਟੀ ਤੋਂ ਆ ਕੇ, ਨਾਲੇ ਲਗਾਤਾਰ ਇਹਨਾਂ ਵਾਸਤੇ ਕੰਮ ਕੀਤਾ, ਇਹਨਾਂ ਨੇ ਰੋਟੀ ਪਹੁੰਚਾਤੀ ਅੱਜ ਦੀ, ਸ਼ਾਮ ਦਾ ਡੰਗ ਇਹਨਾਂ ਦਾ ਸਰ ਗਿਆ, ਉਹ ਤਾਂ ਰੋਕਸੀ ਦੀ ਇੱਕ ਦੋ ਰੋਟੀ ਮਿਲ ਗਈ। ਚਲੋ ਇਹਨਾਂ ਨੇ ਕੈਸੇ ਕਹਿਣੀ ਨਹੀਂ ਹੈਗਾ, ਆਪਣੀ ਕਦਰ ਨਹੀਂ ਪਾਉਣੀ ਹੈਗੀ, ਸਿੱਧੀ ਗੱਲ ਹੈਗੀ, ਇਹਨਾਂ ਨਾਲ ਆਪਣਾ ਬਾਈਕਾਟ ਹੈਗਾ, ਇਹਨਾਂ ਨਾਲ ਇੱਕ ਬ੍ਰੈਡ ਜਿਹੜੇ ਬਣਦੇ, ਇੱਕ ਬ੍ਰੈਡ ਦਾ ਪੈਕਟ ਸੀ ਜਿਹੜਾ ਉਹ ਤਾਂ ਲੰਬਾ ਉਤਰ ਗਿਆ ਰਹਿ ਗਿਆ, ਇੱਕ ਉਹ ਆਪਾਂ ਕੱਲ ਨੂੰ ਬਣਾ ਕੇ ਆਪਾਂ ਨੇ ਇਹਨਾਂ ਦਾ ਕਰ ਦੇਣਾ ਖਤਮ, ਨਹੀਂ ਇਹਨੇ ਜੋ ਮਰਜ਼ੀ ਕਰੀ ਹੈ ਨਾ, ਠੀਕ ਹੈ ਜੀ, ਉਦੋਂ ਮੈਂ ਖਾ ਕੇ ਜਾਊਂਗਾ, ਮੈਂ ਡਿਊਟੀ ਜਾਊਂਗਾ, ਜੇ ਮੈਂ ਖਾ ਕੇ ਜਾਊਂਗਾ ਇਹਨੂੰ ਮੇਜਰ ਕਾਲ ਕਹਿੰਦੇ ਨੇਗੇ, ਠੀਕ ਹੈ ਜੀ। ਅੱਜ ਦੇ ਵਲੌਗ 'ਚ ਇੰਨਾ ਹੀ, ਹੁਣ ਗਾਇਸ ਕੱਲ ਨੂੰ ਮਿਲਦੇ ਤੁਹਾਨੂੰ ਆਪਾਂ ਨਵੇਂ ਵਲੌਗ ਵਿੱਚ, ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਚੈਨਲ ਨੂੰ, ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੇ ਇਹ ਵਲੌਗ ਜਿਹੜੇ ਨੇ ਉਹ ਕਿਵੇਂ ਲੱਗਦੇ ਨੇਗੇ, ਠੀਕ ਹੈ ਜੀ, ਮਿਲਦੇ ਫਿਰ ਕੱਲ ਨੂੰ ਨਵੇਂ ਵਲੌਗ 'ਚ, ਵਾਸਤੇ ਬਾਏ ਬਾਏ।